ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਪੂਰੇ ਪੰਜਾਬ 'ਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਪੁਤਲੇ ਫੂਕੇ ਗਏ ਅਤੇ ਮੁਜ਼ਾਹਰੇ ਕੀਤੇ ਗਏ। ਜਾਣਕਾਰੀ ਦਿਓ ਜੀ। ਅੱਜ ਸਰ ਅਸੀਂ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ 'ਤੇ ਭਰਾਤਰੀ ਜਥੇਬੰਦੀ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਦਾ ਪੁਤਲਾ ਫੂਕ ਰਹੇ ਹਾਂ। ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੰਜਾਬ ਦੇ ਸਿਹਤ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਆ। ਪੰਜਾਬ ਦਾ ਸਿਹਤ ਮੰਤਰੀ ਇਹ ਪਿਛਲੇ ਦਿਨੀ ਬਿਆਨ ਦੇ ਰਿਹਾ ਕਿ ਅਧਿਆਪਕਾਂ ਨੂੰ ਵਿਹਲੇ ਨੇ, ਉਹ ਤਾਂ ਉਹਨਾਂ ਨੂੰ ਅਸੀਂ ਵਿਹਲਿਆਂ ਨੂੰ ਤਨਖਾਹ ਨਹੀਂ ਦੇ ਸਕਦੇ। ਸ਼ਾਇਦ ਸਿਹਤ ਮੰਤਰੀ ਨੂੰ ਨਹੀਂ ਪਤਾ ਵਿਹਲੇ ਉਹ ਹੋ ਸਕਦੇ ਆ, ਏਸੀ ਕਮਰਿਆਂ ਦੇ ਵਿੱਚ ਬੈਠੇ ਉਹ ਹੋ ਸਕਦੇ ਆ। ਸਾਡੇ ਅਧਿਆਪਕ ਕਰੋਨਾ ਦੀ ਬਿਮਾਰੀ ਦੇ ਵਿੱਚ, ਮਹਾਂਮਾਰੀ ਦੇ ਵਿੱਚ ਵੀ ਕੁਆਰੰਟਾਈਨ ਜਿਹੜੇ ਸੈਂਟਰ ਆ ਉੱਥੇ ਵੀ ਡਿਊਟੀਆਂ ਦੇ ਰਹੇ ਆ, ਆਈਸੋਲੇਸ਼ਨ ਸੈਂਟਰਾਂ 'ਚ ਡਿਊਟੀਆਂ ਦੇ ਰਹੇ ਆ। ਸਾਡੇ ਅਧਿਆਪਕ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਆਪਣੇ ਜਿਹੜਾ ਸਟੇਟ ਆ ਉਹਨਾਂ ਦੇ ਵਿੱਚ ਭੇਜਣ ਦੇ ਲਈ ਰੇਲਵੇ ਸਟੇਸ਼ਨਾਂ 'ਤੇ ਡਿਊਟੀਆਂ ਦੇ ਰਹੇ ਆ। ਸਾਡੇ ਸਾਥੀ ਘਰੋਂ ਘਰੀ ਜਾ ਕੇ ਬੱਚਿਆਂ ਨੂੰ ਕਿਤਾਬਾਂ ਵੰਡ ਰਹੇ ਆ। ਸਾਡੇ ਅਧਿਆਪਕਾਂ ਨੇ ਜਿਹੜੇ ਉਹ ਮਿਡ ਡੇ ਮੀਲ 'ਤੇ ਜਿਹੜੀ ਕਣਕ ਚੌਲ ਜਿਹੜੇ ਆ ਉਹ ਘਰੋਂ ਘਰੀ ਦੇ ਰਹੇ ਆ। ਕਿਹੜੀ ਡਿਊਟੀ ਆ ਜਿਹੜੇ ਅਧਿਆਪਕ ਨਹੀਂ ਕਰ ਰਹੇ? ਅਸੀਂ ਔਨਲਾਈਨ ਸਵੇਰ ਤੋਂ ਲੱਗ ਜਾਂਦੇ ਹਾਂ, ਵੀਡੀਓ ਪਾਉਣ ਬੱਚਿਆਂ ਦੇ ਜਿਹੜੇ ਗਰੁੱਪ ਨੇ, ਵਟਸਐਪ ਗਰੁੱਪ ਬਣਾਏ ਹੋਏ ਆ, ਉਹਨਾਂ ਦੇ ਨਾਲ ਮੀਟਿੰਗਾਂ ਕਰਨ ਲੱਗ ਜਾਂਦੇ ਹਾਂ ਸਵੇਰ ਤੋਂ ਲੱਗ ਕੇ। ਅਤੇ ਸਾਡਾ ਸ਼ਾਮ ਤੱਕ ਜਿਹੜਾ ਹੈਗਾ ਕੰਮ ਨਹੀਂ ਮੁੱਕਦਾ, ਕਿਤੇ ਕੋਈ ਕੰਮ ਕਰਦੇ ਹਾਂ ਕਿਤੇ ਕੋਈ ਕੰਮ ਕਰਦੇ ਹਾਂ। ਬਈ ਸਾਡੀ ਜਿਹੜੀ ਪੜ੍ਹਾਈ ਆ ਉਹ ਪਿੱਛੇ ਨਾ ਰਹਿ ਜੇ, ਸਾਡੇ ਵਿਦਿਆਰਥੀ ਪੜ੍ਹਾਈ ਦੇ ਵਿੱਚ ਪਛੜ ਨਾ ਜਾਣ। ਅਸੀਂ ਜਿਹੜੀ ਹੈਗੀ ਆ ਉਹ ਡਿਊਟੀਆਂ ਕਰ ਰਹੇ ਹਾਂ ਅਤੇ ਇਸ ਮੰਤਰੀ ਨੂੰ ਅਸੀਂ ਵਿਹਲੇ ਦਿਸ ਰਹੇ ਹਾਂ। ਸੋ ਅਸੀਂ ਆਪਣੀ ਜਿਹੜੀ ਸਾਰੇ ਅਧਿਆਪਕ ਆ ਪੰਜਾਬ ਦੇ ਡਿਊਟੀ ਬੜੀ ਤਨਦੇਹੀ ਨਾਲ ਕਰ ਰਹੇ ਹਾਂ। ਇਹ ਬੜਾ ਬਚਕਾਨਾ ਬਿਆਨ ਆ ਮੰਤਰੀ ਦਾ। ਮੰਤਰੀ ਨੂੰ ਚਾਹੀਦਾ, ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਇਹੋ ਜਿਹੇ ਮੰਤਰੀ ਨੂੰ ਨੱਥ ਪਾਵੇ, ਤਾਂ ਜੋ ਪਹਿਲਾਂ ਹੀ ਜਿਹੜੀ ਹੈਗੀ ਆ ਇੱਕ ਸਾਜਿਸ਼ ਦੇ ਤਹਿਤ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਸਾਜਿਸ਼ ਦੇ ਤਹਿਤ ਪਹਿਲਾਂ ਹੀ ਅਧਿਆਪਕ ਨੂੰ ਬਦਨਾਮ ਕਰਨ ਲਈ ਵੱਖ ਵੱਖ ਜਿਹੜੀਆਂ ਉਹ ਸਾਜਿਸ਼ਾਂ ਘੜੀਆਂ ਜਾਂਦੀਆਂ ਨੇ ਉਹ ਬੰਦ ਕੀਤੀਆਂ ਜਾਣ। ਨਹੀਂ ਤਾਂ ਅਗਲੇ ਦਿਨਾਂ ਦੇ ਵਿੱਚ ਅਸੀਂ ਵੱਡੀ ਲਾਮਬੰਦੀ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਹੈਗੇ ਆ ਉਹਦੇ ਖਿਲਾਫ਼ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।